ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਭਾਅ ਜੀ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਅਤੇ 3 ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ। ਅਤੇ ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਦਿਆ ਕਰੀ ਆਪਣਾ। ਜਤਿੰਦਰ ਸਿੰਘ। ਹਾਂਜੀ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲ ਦਿਓ ਕਰੀ। 9568272। ਠੀਕ ਹੈ ਜੀ। ਹਾਂਜੀ, ਤੇ ਅੱਜ 4 ਮੱਝਾਂ ਤੇ 3 ਗਾਵਾਂ। 3 ਗਾਵਾਂ ਕਿਹੜੀ ਮੱਝ ਵਿਖਾ ਦਈਏ ਪਹਿਲਾਂ? ਫਿਰ ਆਓ ਪਹਿਲਾਂ ਵੀਰ ਜੀ, ਨਹੀਂ ਕਹਿੰਦੇ ਕਿ ਅਸੀਂ ਦਿਖਾ ਦਈਏ। ਥਣ ਦੇਖ ਸਕਦੇ ਤੇ ਲੱਗ ਤੇ ਕਰੀ। ਕਿੰਨਵਾਂ ਸੂਆ ਸੂਈ ਜੇ ਵੀਰ ਜੀ? ਤੀਜਾ ਸੂਆ ਸੂਈ ਜੇ ਵੀਰ ਜੀ, ਚੌਥਾ ਦਿਨ ਸੂਈ ਨੇ, 9-10 ਕਿਲੋ ਹੋਣੀ ਜਦੋਂ ਤਿਆਰ ਆ। ਠੀਕ ਹੈ, ਤੀਸਰਾ ਸੂਆ ਸੂਈ ਹੈ ਤੇ 9-10 ਕਿਲੋ ਮੌਕੇ ਤੇ ਤਿਆਰ ਆ। ਦੋ ਕੇ ਦਾਂਗੇ, 9 ਕਿਲੋ ਥਣ ਲੱਗਾ, ਵੇਖੋ ਕਿੱਦਾਂ ਦਾ। ਠੀਕ ਹੈ ਜੀ। ਤੇ ਕੱਟੀ ਜੇ ਤੇ 10 ਕਿਲੋ ਮੌਕੇ ਚਵਾ ਕੇ ਦੋਗੇ? ਚਵਾ ਕੇ ਦਵਾਂਗੇ ਜੀ। ਅੱਛਾ, ਲਿਆ ਬੋਲਾ ਬੰਨ ਵੀ ਬੋਲਾ ਡਿਆ ਹੋਊਗਾ। ਲਿਆ ਤੋਰੋ, 12-13 ਕਿਲੋ ਦੇ ਕੇ ਵੱਡੀ ਮੈਂ ਆ। ਤੋਰ ਦੋ ਇੱਕ ਵਾਰੀ ਦੁੱਧ 12 ਕਦੇ ਲੱਗ, ਜਿਹੜਾ ਵੀਰ ਜੀ ਹੁਣੀ ਕਹਿੰਦੇ ਕਿ ਚਵਾਈ ਜਾਓਗੀ। ਬਾਕੀ ਸੂਈ ਸਵਾਈ ਆ, ਵੇਖੋ ਥਣ ਲੈ ਵਾਏ, ਦੁਪਹਿਰ ਦਾ ਟਾਈਮ ਆ। ਬਾਕੀ ਥੱਲਿਓ ਜਿਹੜੀ ਚੰਗੀ ਤਿਆਰ ਹੋਈ ਆ। ਤੇ ਕੀ ਮੁੱਲ ਰੱਖਣਾ ਜੀ ਵੀਰ ਜੀ ਇਹਦਾ? ਫਿਰ ਇੱਧਰ ਸਾਨੂੰ ਪਰਲੇ ਬੰਨੀ ਉਹ ਖਾਲਸਾ 9 ਗਾਲਾ ਸਾਨੂੰ ਲੱਗਾ ਮੀਨ। ਚਾਰੇ ਥਣ ਇੱਕੋ ਜੇ, 2.5-3 ਕਿਲੋ ਦੀ ਗਾੜ ਹੀ ਆ। ਅੱਛਾ, ਦੂਜੀ ਗੱਲ ਇਹ ਮਈ ਆਈ ਵੀ ਉਧਰੋਂ ਆ। ਅੱਛਾ, ਬੰਦੇ ਰਹਿ ਘੱਟ ਜੇ ਸੁਏ, ਵੇਖੋ ਪੂਰੀ ਰਿਆਣੇ ਦੀ ਮਈ ਜੱਡ ਬਲੈਕ ਪੂਛ ਤੱਕ ਵਾਲ ਆ। ਇੱਕ ਕੋਈ ਵਾਲ ਵੀ ਚਿੱਟਾ ਲੱਗੇਗਾ ਤਾਂ ਮੀ ਮੁਕਤਾ। ਠੀਕ ਹੈ ਜੀ, ਵੇਖੋ ਮਈ ਦੀ ਨਸਲ। ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ? ਮੁੱਲ ਤੇ ਵੀਰ ਜੀ ਇਹਦਾ ਨਹੀਂ, ਮਈ ਚੋਂ ਆਪ ਸਮਾ ਹੈ ਦੁੱਧ ਆ। ਅੱਛਾ, 70,000 ਕਰ ਲਈ ਤਾਂ ਮਈ ਵਿਕਦੀ ਆ। ਅੱਛਾ, ਪਰ ਭਾੜਾ ਲਈ ਇਹਦਾ ਮੁੱਲ ਹੀ ਨਹੀਂ ਆ ਰਿਹਾ ਕਰਨਾ। ਕਿੰਨਾ ਕੁ? 60,000। 60,000 ਵਿੱਚੋਂ ਕਰਨਾ ਮਨ ਤਨ? ਹੋਰ ਜਿੰਨਾ ਕਹੋਗੇ ਕਰ ਦਾਂਗੇ। ਕਿੰਨਾ ਕਰ ਦੋਗੇ? ਜਿੰਨਾ ਤੁਸੀਂ ਕਰੋਗੇ। 3,000 ਕਰ ਦੋਗੇ? ਕਰ ਦਾਂਗੇ। 52,000 ਦੀ? 57,000 ਦੀ। ਮੌਕੇ ਤੇ ਹੋਰ ਹੋ ਜਾਊਗਾ ਕਿਉਂਕਿ ਵੀਰ ਫੋਨ ਲਾਇਆ, ਪਰ ਮਈ ਚੰਗੀ ਆ। ਅੱਛਾ, ਠੀਕ ਹੈ। ਤੇ ਹੁਣ 9-10 ਕਿਲੋ ਚਵਾ ਕੇ ਦੋਗੇ? ਚਵਾ ਕੇ ਦਵਾਂਗੇ, ਕੋਈ 3 ਡੰਗ ਚੋਏ ਪਾਏ। ਤੇ ਬੱਚਾ ਕੀ ਮਗਰ? ਬੱਚੇ ਦੇ ਮਗਰ ਕੱਟੀ ਜੇ। ਕਿਹੜੀ ਕੱਟੀ ਜਿਹੜੀ ਇੱਧਰ ਕਿ ਉੱਧਰ ਬੰਨੀ ਜੇ? ਆ ਖਲੋਤੀ ਜਿਹੜੀ? ਹਾਂਜੀ, ਆਹੀ ਜਿਹੜੀ ਕੱਟੀ ਖਲੋਤੀ ਹੈ, ਇਹੀ ਜੇ ਦੀ ਕੱਟੀ। ਠੀਕ ਹੈ ਜੀ। ਜਿਹੜੀ ਹੁਣ ਝੋਟੀ ਖਾਣੀ ਉਹਦਾ ਉਹ ਬੱਚਾ ਜੇ, ਸਾਡਾ ਖਲੋਤਾ। ਠੀਕ ਹੈ, ਜਿਹੜੀ ਝੋਟੀ ਸੂਈ ਜੇ ਪਹਿਲਾਂ ਝੋਟੀ ਦਾ ਬੱਚਾ ਉਹ ਕੋਈ ਅਵਲ ਦਾ ਨਾਂ ਨਹੀਂ, ਅੱਜ ਝੋਟੀ ਆਈ ਜੇ ਜੀ। ਠੀਕ ਹੈ ਜੀ। ਆਹ ਵਾਲੀ ਝੋਟੀ ਜਿਹੜੀ ਕਹਿੰਦੇ ਕਿ ਹੁਣ ਦਿਖਾਉਣੀ ਆ, ਕਿੰਨਾ ਚਿਰ ਹੋਇਆ ਵੀਰ ਜੀ ਨੇ ਸੂਈ ਨੂੰ? ਤੀਜਾ ਦਿਨ ਆ, ਪਰਸੋਂ ਦੀ ਸੂਈ ਆ। ਔਲ ਔਲ ਤੇ ਨਹੀਂ ਕਰਦੀ ਕੋਈ? ਔਲ ਦਾ ਨਾਂ ਨਹੀਂ ਹੋਣੇ, ਬੱਚਾ ਲਾ ਦੇਣੇ, 8 ਕਿਲੋ ਝੋਟੀ ਥੱਲੇ ਹੋਣੀ, ਬੋਲਾ ਹੋਏਗਾ। ਠੀਕ ਆ, ਚਲੋ ਇੱਕ ਵਾਰੀ ਤੋਰ ਕੇ ਤੇ ਫਿਰ ਹੀ ਬੱਚਾ ਲਾ ਦੇ। ਚਲੋ ਪਹਿਲਾਂ ਬੱਚਾ ਹੀ ਲਾ ਦੇ ਫਿਰ ਵੀਰ ਜੀ ਨੇ ਕਹਿੰਦੇ, ਪਹਿਲਾਂ ਆਪਾਂ ਸਮਾ ਕੇ ਦਿਖਾ ਦਈਏ। ਬੱਚਾ ਜਿਹੜਾ ਵੀਰ ਜੀ ਨੇ ਛੱਡਤਾ, ਨਾੜੂ ਜਿਹੜਾ ਬਿਲਕੁਲ ਨਾਲ ਹੀ ਆ। ਇਹ ਤਾਂ ਵੀਰ ਜੀ ਪਰਸੋਂ ਸੂਈ ਸ਼ਾਮੀ ਦੇ, ਦੂਜਾ ਦਿਨ ਨਾੜੂ ਨਾਲ ਹੀ ਆ। ਪਸੰਗੀ ਜੀ ਵੀਰ ਜੀ? ਹਾਂਜੀ ਪਸੰਗੀ ਜੀ, ਬੰਦ ਹੋ ਬੱਚਾ। ਹਾਂ ਥਣ ਵੇਖ ਸਕਦੇ ਤੇ ਕਰੀ ਹਾਂ ਦੇਖ ਸਕਦੇ ਜੀ। ਬਾਲਟੀ ਚ ਨਾ ਵੀਰ ਜੀ ਚਵਾ ਦਿਖਾ ਦਈਏ ਪਹਿਲਾਂ? ਕਰੀ ਵਿਖਾ ਦਈਏ ਤੋੜ ਕੇ ਫਿਰ? ਚਲੋ ਫਿਰ ਤੋੜ ਕੇ ਦਿਖਾ ਦੇ। ਬਾਕੀ ਕੱਦ ਕਾਠ ਜਿਹੜਾ ਇਹਦਾ ਚੰਗਾ ਕਾਰਾ ਜਾਂ ਸਰੀਰ ਆ? ਲੈ ਆਓ ਜੀ। ਵੀਰ ਜੀ ਤੇਰਾ ਵੇਖਣ ਦੂਸਰੇ ਨਹੀਂ ਲੱਗਦੇ? ਪਹਿਲਾਂ ਨੇ ਵੀਰ ਜੀ ਕਿ ਪਹਿਲਾਂ ਨਹੀਂ ਆ ਉਹਦਾ ਪੱਕ ਕੇ ਵਣੀ ਹੈ ਇਥੋਂ ਆਪਣੇ ਲਾਗੋ ਲਈਏ ਪਹਿਲਾਂ ਨੇ ਆ। ਠੀਕ ਹੈ, ਆਹ ਵੇਖੋ ਮੈਰੂ ਦਿਖਾ ਦਾ ਵੀਰ ਜੀ ਚਵਾ ਫਿਰ ਇਹਦਾ। ਬਾਕੀ ਆਹ ਦੇਖ ਸਕਦੇ ਜੀ ਚਵਾ ਜਿਹੜਾ ਇਹਦਾ ਕਾਫੀ ਚੰਗਾ ਵਾ। ਕੋਈ ਭੂਰ ਛਿੱਟਾ ਨਹੀਂ ਆ ਤੇ ਕੋਈ ਕੁਝ ਨਹੀਂ ਆ।
ਉਹ ਸਾਰੇ ਵੇਖੋ ਵੀਰ ਜੀ ਸਵਾ ਕਿਲੋ ਗਾੜੇ ਆ ਹੱਥੇ ਹੀ ਚਾਹੀ ਆ ਹੁਣ ਇਹ ਲਿਆਈ ਝੋਟੀ ਇਹੋ ਪਹਿਲੇ ਤਰ੍ਹਾਂ ਨਾਲ बाकी चवा दी जड़ी काफी चंगी है। हाँ देख सकते जी, हाँ जी लाज हाँ देख सकते। ये सारे चौल लेने जी बिजी बच्चे छड़ देने उथे ही किलो को चाहिए आ ए दे 2 किलो 8 किलो बोला जी इसने। अच्छा जी बोला बन गया दूध आ गया रंग लो जी चाहूगी। ठीक है बाल्टी से लगभग पर नहीं आ ली है। तो सेव वाला भी लगा तो दाही रंग लो परमाना जाओगी। ठीक है जी बाकी चवाए हो भी पहले दाही चवा के भाई भी ठंडी है और कई ने भी रोल ना कर दी हो। ठीक है जी अब दियरी चोली है दोपहर के अगे 11 महीने लई तो धारा मार के किलो डेढ़ दे दिए। ठीक है जी हर दे बच्चा मगर भी ये जी कट्टी है बाकी बच्चा बिल्कुल ताजा ही है जरा मगर हाँ देख सकते आ दुध जो हम क्या तो अज ही आई है भी जी टाइम जी टाइम तो आ टाइम जरा वा पौने 4 बजे का टाइम जरा हम होया वा तो उस तरह भीर जी कि दुध चवाई जाऊगी 11-12 लीटर चवाई जाऊगी तो की फिर मुल रखना जरा दसिए भीर जी फिर ਮੁੱਲ ਵੀ ਜੀ ਦਾ 60,000 ਹੈ। ਅੱਛਾ ਹਾਂਜੀ ਕਿੰਨੇ ਦੇ ਦੋਗੇ ਪੂਰੇ 55,000 ਦੀ ਝੋਟੀ ਦਵਾਂ। ਅੱਛਾ 55,000 ਦੀ ਝੋਟੀ ਦੇ ਦੋਗੇ। ਝੋਟੀ ਆ 8-9 ਕਿਲੋ ਝੋਟੀ ਸਾਲੇ ਬੋਲੇ ਕੋ ਹੁਣ ਵੀ ਝੋੜੀ ਸਿਰੇ ਕੋ ਵਿੱਚ ਵਾਲੇ। ਠੀਕ ਹੈ ਜੀ ਹਾਂਜੀ ਬਾਕੀ ਆ ਦੇਖ ਸਕਦੇ ਹੋ ਜਿਹੜਾ ਚਵਾ ਇੱਕ ਸਾਥ ਦਾ ਤੁਹਾਨੂੰ ਦਿਖਾਇਆ ਵਾ ਕੀ ਪਤਾ ਲੱਗ ਜਾਂਦਾ ਵਾ ਤੇ ਹੁਣ ਜਿਹੜੀ ਆ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਸਕੋ ਵੀ ਜੀ 10 ਕਿਲੋ ਤੋਂ ਤਿਆਰ ਹੋ ਗਿਆ 10,000 ਰੱਖ ਲਓ। ਤਿਆਰ ਹੈ ਬਿਲਕੁਲ 10 ਕਿਲੋ ਸਣੇ ਭਾਈ 12 ਦਾ 13 ਕਿਲੋ ਕਹੀ ਹੈ ਜੀ। ਅੱਛਾ ਠੰਡਾ ਕਰਕੇ ਨਾ ਹੋਗਾ। ਠੀਕ ਹੈ ਜੀ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਇਹਨੂੰ ਇੱਕ ਪਨਵਾ ਦੇ ਜੀ ਜੋ ਆਪ ਸਮਾਂ ਇੱਕ ਨੰਬਰ ਦਾ ਹੋਗਾ ਮੇਰਾ। ਠੀਕ ਹੈ ਜੀ ਰੂਮ ਵਰਗੀ ਕੋਈ ਇਹਨੂੰ ਨਿਆਣੇ ਨੂੰ ਨਹੀਂ ਜਾ ਤੋ ਵੀ ਸਿੱਖ ਲਊਗਾ ਤੋਰੋ ਹੈ ਕਰੀ ਨੂੰ ਜਿਹਦਾ ਇਹ ਜਵਾਬ ਸਮਾਂ ਆਇਆ। ਠੀਕ ਹੈ ਜੀ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ ਜਿਹੜਾ 10 ਲੀਟਰ ਪੂਰਾ ਤਿਆਰ ਦੱਸਦੇ ਆ ਬਾਕੀ ਆਪਣੀ ਕੋਈ ਵੀ ਚਵਾਈ ਕਰਕੇ ਖੜੇ ਲੈ ਆਓ ਜੀ बच्चा जरा उधर बजा भी तुम दिखा दें कट्टा है ताजा ही है बच्चा जरा भी हले तो बाकी थान भी ये लागे तो देख सकते जे दस लीटर चवा के दोगे घर कि चवाई जाऊगी। ठीक है जी ठीक है हुण एक मज रह गई अपनी दिखा दिए एक वाली जिहड़ी मज रह गई ਕਿੰਨਾ ਚ ਵੀਰ ਜੀ ਇਹਦੇ ਕੋਲ ਦੁੱਧ ਇਹਦੇ ਕੋਲ ਵੀ 7 ਕਿਲੋ ਹੋਣਾ ਹੈ ਬੋਲਾ ਇਸ ਕੇ ਫਰਨ ਜੀ ਸੁਈ ਨਾ 7 ਕਿਲੋ ਹੈਗਾ ਪੱਕਾ ਦੁੱਧ ਉਹਨਾਂ ਦੁੱਧ ਨਾਲ ਚਾਹ ਕੇ ਵਾ ਕੇ ਦਵਾਂਗੇ ਲਿਆ ਫਿਰ ਤੋਰੋ ਹੈ ਕਰੀ ਨੂੰ ਇਹਦੇ ਮਗਰ ਵੀ ਕਟਾ ਜੀ ਇਹਦੇ ਮਗਰ ਵੀ ਜਿਹੜਾ ਕੱਟਾ ਆ ਬਾਕੀ ਸਾਰੀਆਂ ਜ਼ਿਆਦਾਤਰ ਸੁਈਆਂ ਹੀ ਤੁਹਾਨੂੰ ਵਿਖਾਉਂਦੇ ਹਾਂ ਹਲੇ ਸੁਈਆਂ ਹੀ ਆ ਅੱਜ ਸਾਰੀਆਂ ਹੀ ਤੇ ਆਪਣੀ ਚਵਾਈ ਜ਼ਰੂਰ ਕਰਕੇ ਖੜੋ ਆਪਣਾ ਵੇਚ ਚਾਹ ਕੇ ਚੰਗੀ ਤਰ੍ਹਾਂ ਇਹਦਾ ਬੱਚਾ ਆ ਜੀ ਆਹੋ ਬੱਚਾ ਬੈਠਾ ਜਿਹੜਾ ਇਹਦਾ ਆਹ ਵਾਲਾ ਬੱਚਾ ਜੀ ਜਿਹੜਾ ਇਹਦਾ
कोई वीर अपनी चवाई करके ले जा सकता आज ले आओ जी। बाकी उतना जरा कद काठ भी ठीक है, थन का गैप भी जरा ठीक है। बाकी हैगी जी ठंडी धीरी है तो फैट भी ये जी चंगी आई जाऊगी। हाँ देख सकते हवाना यदा एक करी तेरा की मुल रखना जी बीजी। फिर जी मुल यदा 23,000 23,000 हाँ जी। किन्ने की देनी? 22,000 दे देनी। 22,000 दी देनी जी। और करना मान तना? कोई नहीं करता जी। किन्ना होने कर दोगे? नहीं कहोगे पूरे 20 दी कर दिए दे दांगे 10 किलो पर दो दे चोगे दवांगे। अच्छा अच्छी देखो कदा दी आ। ठीक है एक साल दा तोहफा ही वछी 25-26 है जिस सटे एक दी छबी दी। ठीक है हां जी देखो अच्छी आसान दे। ठीक है जी ते हुण आ गई अपने कोल जेड़ी 20 ਦਿਨ ਨੂੰ ਸੁਈ ਨਹੀਂ ਕਿ ਮਗਰੇ ਦੇ ਵਸ਼ੀ ਹੈ ਵਸ਼ੀ ਬੜੇ ਟਾਉ ਦੀ ਆ। ਅੱਛਾ ਇਹ ਦੇਖੋ ਦੁੱਧ 8 ਕਿਲੋ ਤਿਆਰ ਹੋ ਗਿਆ ਚਵਾ ਕੇ ਦਵਾਂਗੇ। 8 ਕਿਲੋ ਹੈਗਾ ਪੱਕਾ ਦੁੱਧ। ਬਾਕੀ ਫੈੜ ਵੀ 6 ਤੋਂ 12 ਦੀ ਆਉਣੀ ਚਿੱਟਾ ਦੁੱਧ ਹੋਏਗਾ। ਕੋਈ ਰੱਸੀ ਪਾਉਣ ਦੀ ਲੋੜ ਨਹੀਂ, ਕੋਈ ਵੰਗਾ ਪਾਉਣ ਦੀ ਲੋੜ ਨਹੀਂ, ਜਾਂ ਕੁਝ ਹੋਵੇ ਲਿਆ ਫਿਰ ਤੋਰਾ ਤੋਰਾ ਹੈ ਕਰੀ ਨਾ ਚਵਾ ਲਗਾਊਗਾ 1 ਨੰਬਰ ਕਰੇ। ਆ ਥਣ ਵੀ ਦੇਖ ਸਕਦੇ ਤੇ ਲੱਗੇ ਤਾਂ ਕਰੀ ਦੁੱਧ ਦੇ ਕੋਲ ਜਿਹੜਾ ਮੌਕੇ ਤੇ ਸੁਆਰੇ ਵੈੜ ਦਾ 8 ਲੀਟਰ ਜਿਹੜਾ ਤਿਆਰ ਦੱਸਦੇ ਆ। ਲੈ ਆਓ ਜੀ ਇਹਦਾ ਕੀ ਮੁੱਲ ਰੱਖਣਾ ਜੀ? ਫਿਰ ਮੁੱਲ 18,000 ਜੀ। 18,000 ਆ ਤੇ 8 ਲੀਟਰ ਘਰੋਂ ਚਵਾ ਕੇ ਦੋਗੇ? ਚਵਾ ਕੇ ਦਵਾਂਗੇ ਸਾਰੀ ਘਰ ਦੇ। 18,000 ਚ ਵੀ ਕਰ ਦੋਗੇ ਕੁਛ ਮੰਨਤਾ? 2,000 ਕਰਾਂਗੇ, 16,000 ਦੀ ਦਵਾਂਗੇ। ਅੱਛਾ 16,000 ਦੀ ਦੇ ਦੋਗੇ? ਹਾਂ ਜੀ ਠੀਕ ਆ। ਤੇ ਇੱਕ ਐਂਡ ਤੇ ਵੀ ਜੀ 85 ਪਹਿਲਾਂ ਵੈੜ ਸੀ ਜੀ। ਅੱਛਾ ਸੂਈ ਨੂੰ 5-6 ਦਿਨ ਹੋ ਗਏ ਮਗਰ ਇਹਦੇ ਵਿੱਚ ਬੜੀ ਠੰਡੀ ਹੁੰਦੀ ਹੈ। ਠੀਕ ਆ 8 ਕਿਲੋ ਜਿਸ ਤਰ੍ਹਾਂ ਦੀ ਦੁੱਧ ਹੋਊਗਾ ਜੀ। ਹੈਗਾ ਪੱਕਾ ਦੁੱਧ 8 ਲੀਟਰ? ਚਵਾ ਕੇ ਦਵਾਂਗੇ ਵੀਰ ਜੀ। ਲਿਆ ਫਿਰ ਤੋਰ ਦੋ ਇਹਨੂੰ। ਮੈਂ ਇਹ बाकी दुध जिहड़ा 8 लीटर इहदे कोल भी तैयार दसदे आ। आज लै आओ जी बच्चे बखा दिए वीर जी करी इन्हां दे। हां इसने तो मुल्ल दस दिए पहला आपां वीर जी मुल्ल 25 करिए। अच्छा 25 करिए जा नसल वाली है 20,000 दी दोगे? 20,000 दी अभी दे दोगे? हां जी। ते 8 लीटर चवा के दोगे? चवा के दोगे। ठीक है जी बच्चे बखा दिए करी इन्हां दे। हां बच्चे जेड़े इन्हां दे आ पहले नंबर वाली गाय दा आ जे पहले नंबर वाली गाय दा बच्चा आ जे। हां जी जेड़ी 20 दिन हो गए तुसीं आ जे बच्चा ओदी आ बच्ची जी जेड़ी 2 नंबर ते दिखाई है 3 नंबर ते आ जे जेड़ी 3 नंबर दे एंड ते दिखाई ओदा बच्चा आ जे। हाँ देख सकते जी। बाकी कोई वीर इतने आ गया अपनी तसली करके वेस चाह के फिर ही अपना पशु खरीदे जी। हाँ जी दोस्तों वीडियो ने पूरा देखने लिए बहुत बहुत धन्यवाद।